ਰੈੱਡ ਸਪਰਾਊਟ ਮੀਡੀਆ ਪ੍ਰਾਈਵੇਟ ਲਿਮਟਿਡ ਤੇ ਕੇਬਲ ਨੈਟਵਰਕ ਹਥਿਆਉਣ ਦੇ ਗੰਭੀਰ ਇਲਜ਼ਾਮ। ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਰੈੱਡ ਸਪਰਾਊਟ ਮੀਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਡਾਇਰੈਕਟਰ। ਵਿਧਾਇਕ ਪਠਾਨ ਮਾਜਰਾ ਕੋਲ ਕੰਪਨੀ ਦੇ 90% ਮਾਲਕਾਨਾ ਹੱਕ। ਕੰਪਨੀ ਦੇ ਖਾਤੇ ਵਿੱਚ ਲੱਖਾਂ ਰੁਪਏ ਹੋਏ ਜਮ੍ਹਾਂ। ਸਰਕਾਰੀ ਦਸਤਾਵੇਜ਼ਾਂ ਰਾਹੀਂ ਹੋਇਆ ਸਨਸਨੀਖੇਜ਼ ਖੁਲਾਸਾ। ਹੁਣ ਤੱਕ ਕਰੀਬ 25,000 ਕੇਬਲ ਕੁਨੈਕਸ਼ਨ ਖੋਏ ਜਾ ਚੁੱਕੇ। ਸਿਆਸੀ ਤੇ ਪੁਲਿਸ ਵਿਚਾਲੇ ਗੰਢ ਧੁੱਪ ਕਰਕੇ ਹੀ ਹੋ ਰਹੇ ਕੇਬਲ ਤੇ ਕਬਜ਼ੇ। ਪੰਜਾਬ ਵਿੱਚ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਲੋਕਾਂ ਨੂੰ ਆਸ ਸੀ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ ਵਿਕਾਸ ਕਰਵਾਏਗੀ, ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਵੇਗੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਨਿਬੜੀ। ਪਰ ਅਜੇ ਲੋਕਾਂ ਨੇ ਸੁਪਨੇ ਲੈਣੇ ਸ਼ੁਰੂ ਹੀ ਕੀਤੇ ਸਨ ਕਿ ਉਹਨਾਂ ਦਾ ਖੁਮਾਰ ਉਤਰਦਿਆਂ ਦੇਰ ਨਹੀਂ ਲੱਗੀ। ਸੂਬੇ ਦੇ ਗਰੀਬ ਕੇਬਲ ਓਪਰੇਟਰਾਂ ਦੇ ਬਿਜ਼ਨਸ 'ਤੇ ਡਾਕੇ ਪੈਣ ਲੱਗ ਗਏ। ਕੇਬਲ ਨੈਟਵਰਕ ਹਥਿਆਇਆ ਜਾਣ ਲੱਗਾ, ਕੇਬਲ ਓਪਰੇਟਰਾਂ ਦੇ ਦਫ਼ਤਰਾਂ ਵਿੱਚੋਂ ਸਮਾਨ ਲੁੱਟ ਲਿਆ ਗਿਆ, ਕੇਬਲ 'ਤੇ ਕਬਜ਼ੇ ਦੇ ਲਈ ਗੋਲੀਆਂ ਤੱਕ ਚਲਾਈਆਂ ਜਾਣ ਲੱਗੀਆਂ, ਸ਼ਰੇਆਮ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਹੋਰ ਤਾਂ ਹੋਰ, ਕੇਬਲ ਓਪਰੇਟਰਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ਼ ਪੁਲਿਸ ਦੀ ਮਦਦ ਦੇ ਨਾਲ ਝੂਠੇ ਪਰਚੇ ਦਰਜ ਕੀਤੇ ਜਾਣ ਲੱਗੇ। ਦੁਖੀ ਹੋ ਕੇ ਕੇਬਲ ਓਪਰੇਟਰ ਜਾਨ ਬਚਾਉਣ ਦੇ ਲਈ ਘਰਾਂ ਤੋਂ ਭੱਜ ਗਏ। ਹੋਰ ਤਾਂ ਹੋਰ, ਕੇਬਲ ਓਪਰੇਟਰਾਂ ਉੱਪਰ ਤਸ਼ੱਦਦ ਦੀਆਂ ਜਿੰਨੀਆਂ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਾਰੀਆਂ ਪੁਲਿਸ ਨੇ ਅਣਗੌਲੀਆਂ ਕਰ ਦਿੱਤੀਆਂ ਅਤੇ ਸਿਆਸਤਦਾਨਾਂ ਦੀ ਪੁਲਿਸ ਦੇ ਨਾਲ ਮਿਲੀ ਭੁਗਤ ਦੇ ਨਾਲ ਉਲਟਾ ਪੀੜਿਤ ਕੇਬਲ ਓਪਰੇਟਰਾਂ ਨੂੰ ਅੱਖਾਂ ਦਿਖਾਈਆਂ ਜਾਣ ਲੱਗੀਆਂ। ਇਸੇ ਕਰਕੇ ਹੀ ਕੇਬਲ 'ਤੇ ਗੈਰ ਕਾਨੂੰਨੀ ਕਬਜ਼ੇ ਜਾਰੀ ਰਹੇ। ਪਹਿਲਾਂ ਪਹਿਲ ਤਾਂ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ਼ ਹੀ ਕੇਬਲ ਓਪਰੇਟਰ ਸ਼ਹਿ ਦੇ ਕੇ ਕੇਬਲ ਹਥਿਆਉਣ ਦੇ ਇਲਜ਼ਾਮ ਲਗਾਉਂਦੇ ਸਨ, ਪਰ ਹੁਣ ਕੇਬਲ ਓਪਰੇਟਰਾਂ ਦਾ ਕਾਰੋਬਾਰ ਹਥਿਆਉਣ ਵਾਲੀ ਰੈੱਡ ਸਪਰਾਊਟ ਮੀਡੀਆ ਪ੍ਰਾਈਵੇਟ ਲਿਮਟਿਡ ਦੀ 90% ਹੋਲਡਿੰਗ ਯਾਨੀ ਮਾਲਕਾਨਾ ਹੱਕ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਕੋਲ ਹੀ ਹਨ। ਯਾਨੀ ਉਸ ਕੰਪਨੀ ਦਾ ਡਾਇਰੈਕਟਰ ਵਿਧਾਇਕ ਪਠਾਨ ਮਾਜਰਾ ਹੈ ਜਿਸ ਕੰਪਨੀ 'ਤੇ ਕੇਬਲ ਓਪਰੇਟਰਾਂ ਦਾ ਰੋਜ਼ਗਾਰ ਕਬਜ਼ਾਉਣ ਦੇ ਇਲਜ਼ਾਮ ਲੱਗੇ ਨੇ। ਕੰਪਨੀ ਦੇ ਵਿੱਚ ਮਾਲਕਾਨਾ ਹੱਕ ਦੀ ਤਸਦੀਕ ਸਰਕਾਰੀ ਦਸਤਾਵੇਜ਼ ਵੀ ਕਰਦੇ ਨੇ। ਵੱਡੀ ਗੱਲ ਇਹ, ਹੁਣ ਤੱਕ ਕੰਪਨੀ ਦੇ ਖਾਤੇ ਵਿੱਚ ਲੱਖਾਂ ਰੁਪਏ ਜਮ੍ਹਾਂ ਹੋਏ ਸਨ। ਉਹਦੇ ਵਿੱਚ ਅਸੀਂ ਸਾਰੇ ਪੇਪਰ ਕਢਾਏ। ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੇ ਹਰਮੀਤ ਸਿੰਘ ਪਠਾਨ ਮਾਜਰਾ ਕਹਿੰਦਾ ਕਿ ਮੇਰੀ ਤਾਂ ਕੋਈ ਲਾਗਾ ਦੇਗਾ ਨਹੀਂ, ਇੱਕ ਰੈੱਡ ਫੋਰਟ ਨਾਲ ਦੀ ਕੰਪਨੀ ਬਣੀ ਆ ਅਤੇ ਉਹ ਕੰਪਨੀ ਦੇ ਡਾਇਰੈਕਟਰ ਦੋ ਬੰਦੇ ਨੇ। ਤੁਸੀਂ ਦੇਖ ਲਓ ਡਾਇਰੈਕਟਰ ਕਿਹੜੇ ਕਿਹੜੇ ਨੇ। ਇੱਕ ਤਾਂ ਪਹਿਲਾ ਨਾਂ ਹੈਗਾ ਸੁਖਵਿੰਦਰ ਸਿੰਘ ਡਾਇਰੈਕਟਰ, ਇੱਕ ਹੈਗਾ ਹਰਮੀਤ ਸਿੰਘ ਡਾਇਰੈਕਟਰ ਜੋ 30/11/2023 ਨੂੰ ਰਜਿਸਟਰ ਹੋਈ ਆ। ਤੇ ਜਿਹੜਾ ਹਰਮੀਤ ਸਿੰਘ, ਤੁਸੀਂ ਆਪ ਦਾ ਲਾਇਓ ਵੀ ਹਰਮੀਤ ਸਿੰਘ, ਫਾਦਰ ਨੇ ਹਰਦੇਵ ਸਿੰਘ, ਵਿਲੇਜ ਪਠਾਨ ਮਾਜਰਾ, ਮਾਜਰਾ ਖੁਰਦ ਜੋ ਪੋਸਟ ਆਫਿਸ ਆ, ਤੇ 14/1975 ਡੇਟ ਵਰਤਾ। ਤੇ ਜਿਹੜੇ ਕਹਿੰਦੇ ਸੀ ਕਿ ਸਾਡਾ ਤਾਂ ਦੂਰ ਦੇ ਲਾਗਾ ਦੇਗਾ ਨਹੀਂ ਹੈਗਾ, ਹੁਣ ਸਾਰੀ ਇਸ ਗੁੰਡਾਗਰਦੀ ਨੂੰ ਸ਼ਹਿ ਇਹ MLA ਦੇ ਰਹੇ ਨੇ ਤੇ ਪ੍ਰਸ਼ਾਸਨ, ਪਟਿਆਲਾ ਪ੍ਰਸ਼ਾਸਨ ਗੱਲ ਕਰ ਲਈਏ, ਜਿਵੇਂ ਪਹਿਲਾਂ ਅਮਿਤ ਰਾਠੀ ਦੱਸਿਆ ਕਿ 45 ਕੰਪਲੇਂਟਾਂ ਪੋਰਟਲ ਤੇ SSP ਸਾਹਿਬ ਦੇ ਪੋਰਟਲ 'ਚ ਪਾ ਦਿੱਤੀਆਂ। ਕੰਪਲੇਂਟ ਇਹ ਨਹੀਂ ਰਲੇ ਝਗੜਾ, ਕਿਤੇ ਕੇਵਲ ਦਫ਼ਤਰ ਟੁੱਟੇ ਜਾ ਰਹੇ, ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਜਾ ਰਿਹਾ, ਵਿਦ ਪਰੂਫ ਕੱਲੇ ਕੱਲੇ ਦਿੱਤੇ ਜਾ ਰਹੇ ਨੇ। ਇੱਕ ਕਿਸੇ ਬੰਦੇ ਦੇ ਉੱਪਰ ਸਿੰਗਲ 57 ਵੀ ਨਹੀਂ ਕੀਤੀ, ਪਤਾ ਕਹਿੰਦਾ ਨਾ ਉਹ ਬੰਦਾ ਫੜ ਲਈਏ ਅਸੀਂ, 57 ਜੇ ਕਰ ਦਈਏ, ਕੋਈ ਕਾਰਵਾਈ ਨਹੀਂ ਹੋਈ ਹੈਗੀ। ਤੇ ਦਿਨ ਦਿਹਾੜੇ ਸ਼ਹਿਰ ਦੇ ਵਿੱਚ ਅਜੀਤ ਪਾਲ ਕੋਲ ਸੱਤ ਵਸਤੀ ਹੈ ਸਰ,
ਹੋਰ ਤਾਂ ਹੋਰ ਜੋ ਕੇਬਲ ਆਪਰੇਟਰ ਆਮ ਆਦਮੀ ਪਾਰਟੀ ਦੇ ਵਰਕਰ ਸਨ, ਉਹਨਾਂ ਨੇ ਸਰਕਾਰ ਬਣਾਉਣ ਲਈ ਜੀ ਤੋੜ ਮਿਹਨਤ ਕੀਤੀ। ਉਹਨਾਂ ਦੀ ਹੀ ਕੇਬਲ ਸਭ ਤੋਂ ਪਹਿਲਾਂ ਖੋਈ ਗਈ ਅਤੇ ਆਪਰੇਟਰ ਖੋਣ ਵਾਲੇ ਸਿਆਸਤਦਾਨਾਂ ਅਤੇ ਉਹਨਾਂ ਦੇ ਕਰਿੰਦਿਆਂ ਤੋਂ ਜਾਨ ਬਚਾਉਣ ਦੇ ਲਈ ਭੱਜਦੇ ਫਿਰ ਰਹੇ ਨੇ ਅਤੇ ਮਹੀਨਿਆਂ ਬੱਚੀ ਆਪਣੀ ਜਾਨ ਬਚਾਉਣ ਲਈ ਘਰੋਂ ਬੇਘਰ ਰਹੇ। ਮੌਜੂਦਾ ਸਮੇਂ ਤੱਕ ਕਰੀਬ 25,000 ਕੇਬਲ ਕਨੈਕਸ਼ਨ ਖੋਏ ਜਾ ਚੁੱਕੇ ਨੇ। ਇੱਥੇ ਹੁਣ ਕੋਈ ਲੁਕਾ ਨਹੀਂ ਰਹਿ ਗਿਆ ਕਿ ਕਿਵੇਂ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਇਹਨਾਂ ਸਿਆਸਤਦਾਨਾਂ ਦੇ ਰੰਗ ਬਦਲ ਗਏ। ਘੱਟੋ ਘੱਟ ਆਪਣੀ ਪਾਰਟੀ ਵਰਕਰਾਂ ਨੂੰ ਤਾਂ ਬਖਸ਼ ਦਿੰਦੇ। ਇੱਥੇ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਪੁਲਿਸ ਕੋਲ ਪੀੜਤਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਸਿਰਫ਼ ਮਿਲ ਰਹੀ ਹੈ ਤਾਂ ਖੱਜਲ ਖੁਆਰੀ ਅਤੇ ਖੂਨੀ ਹਮਲਿਆਂ ਦੌਰਾਨ ਜ਼ਖ਼ਮ, ਲੱਖਾਂ ਕਰੋੜਾਂ ਦਾ ਨੁਕਸਾਨ। ਅਜਿਹੇ ਵਿੱਚ ਹੁਣ ਆਸ ਦੀ ਰੌਸ਼ਨੀ ਅਦਾਲਤ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।